ਤੰਗਾਂ ਵਗੈਰਾ ਹਲੇ ਉੱਡ ਨਹੀਂ ਰਹੀਆਂ। ਅਸੀਂ ਚਲੋ ਪਹਿਲਾਂ ਆਪਾਂ ਕਰ ਲੈਂਦੇ ਹਾਂ ਛੱਤ ਦੀ ਸਫਾਈ, ਕਿ ਬਹੁਤ ਜ਼ਿਆਦਾ ਗੰਦਾ ਹੋਇਆ ਸੀਗਾ, ਅਤੇ ਚੰਗੀ ਤਰ੍ਹਾਂ ਸਫਾਈ ਕਰਕੇ ਤੁਹਾਨੂੰ ਮਿਲਦੇ ਹਾਂ। ਫਿਰ ਦੇਖਾਂਗੇ, ਹਵਾ ਵੀ ਨਹੀਂ ਚੱਲਦੀ ਹੈਗੀ, ਪਿਛਲੀ ਲੋਹੜੀ ਵਾਲਾ ਕੰਮ ਹੋ ਰਿਹਾ ਵਾ। ਦੱਸੋ ਦੱਸੋ ਬਲੌਗ ਕਿਉਂ ਨਹੀਂ ਆਉਂਦੇ? ਇਹ ਬਹੁਤ ਟਾਈਮ ਹੋ ਗਿਆ ਸੀ ਯਾਰ ਬਲੌਗ ਬਣਾ ਨਹੀਂ ਰਹੇ ਸੀ, ਵਿੱਚ ਕਹਿੰਦੇ ਵੀ ਸੀਗੇ ਅਸੀਂ ਬਲੌਗ ਨਹੀਂ ਪਾਉਂਦੇ, ਲੱਗਦਾ ਜੱਟ ਬਲੌਗ ਨਹੀਂ, ਬਲੌਗ ਬਣਾਉਣੇ ਛੱਡ ਹੀ ਦਿੱਤੇ, ਛੱਡ ਹੀ ਦਿੱਤੇ ਸੀ। ਥੋੜ੍ਹਾ ਟਾਈਮ ਬੰਦਾ ਬਿਜ਼ੀ ਹੋ ਜਾਂਦਾ ਤਾਂ ਕਰਕੇ ਨਹੀਂ ਬਣਾ ਪਾਉਂਦਾ, ਕਿਉਂਕਿ ਇਹਨਾਂ ਧਿਆਨ ਪਹਿਲਾਂ ਰੱਖਣਾ ਪੈਂਦਾ ਵਾ। ਛੱਤ ਹੋ ਗਈ ਸਾਫ਼ ਚੰਗੀ ਤਰ੍ਹਾਂ, ਆਪਾਂ ਇੰਨੀ ਕੀਤੀ ਜਿੰਨੀ ਕੁ ਆਪਾਂ ਨੂੰ ਚਾਹੀਦੀ ਆ, ਬਹੁਤ ਹੈਗੀ ਇੰਨੀ, ਅਤੇ ਉਹ ਹੋਣਾ ਨਹੀਂ, ਉਹ ਮੋਟਾ ਮੋਟਾ ਕੂੜਾ ਹੈਗਾ ਵਾ, ਅਤੇ ਉਹ ਆਪਾਂ ਸਿੱਟਾਂਗੇ ਲੋਹੜੀ ਤੋਂ ਬਾਅਦ। ਕੱਲ੍ਹ ਦਾ ਵੇਟ ਕਰੋ ਕਿਹੋ ਜਿਹੀ ਲੋਹੜੀ ਨਿਕਲਦੀ ਹੈ, ਜੇਕਰ ਧੁੱਪ ਵਗੈਰਾ ਨਿਕਲੀ ਵਧੀਆ ਫਿਰ ਤਾਂ ਨਜ਼ਾਰੇ ਆ ਜਾਣੇ ਆ, ਪਿਛਲੀ ਲੋਹੜੀ ਵੀ ਵਸੂਲ ਹੋ ਜਾਣੀ ਆ। ਪਹਿਲਾਂ ਇੱਕ ਵਾਰ ਉਡਾ ਕੇ ਦੇਖ ਲੈਂਦੇ ਹਾਂ। ਅਰੇ ਇਹ ਨਾ ਜਲਦੀ ਮਤਲਬ ਹਵਾ 'ਚ ਨਹੀਂ ਆਉਂਦੇ ਟੱਟੂ ਪਤੰਗ, ਦੂਜੇ ਹਲੇ ਆ ਜਾਂਦੇ ਆ ਕਿ ਨਹੀਂ? ਦੇਖਣ 'ਚ ਵਧੀਆ ਹੁੰਦੇ ਆ। ਹਾਂ ਹਵਾ ਨਹੀਂ ਲੱਗਦੀ ਜਲਦੀ ਇਹਨਾਂ ਨੂੰ, ਬਾਕੀ ਦੇਖੋ ਉਡਾ ਕੇ ਪਤਾ ਲੱਗੂਗਾ। ਹਵਾ ਦਾ ਪਤਾ ਨਹੀਂ ਲੱਗ ਰਿਹਾ, ਹਵਾ ਕਿੱਧਰ ਘੁੰਮ ਰਹੀ ਹੈਗੀ ਆ, ਕਦੀ ਇੱਧਰ ਹੋ ਜਾ ਰਹੀ ਕਦੀ ਇੱਧਰ। ਜਦੋਂ ਸੂਰਜ ਨਿਕਲਦਾ ਨਾ ਚੰਗੀ ਤਰ੍ਹਾਂ ਉਦੋਂ ਹਵਾ ਸਿੱਧੀ ਹੁੰਦੀ ਆ, ਅਤੇ ਨਹੀਂ ਤਾਂ ਪੁੱਠੀ ਹਵਾ ਹੋ ਜਾਂਦੀ, ਬਿਲਕੁਲ ਹੀ ਮੋਏ ਮੋਏ ਹੋ ਗਏ ਨਾ। ਹਾਂ ਸਹੀ ਗੱਲ ਆ, ਜੇ ਹਵਾ ਨਾ ਚੱਲੀ ਤਾਂ ਬਹੁਤ ਸਹੀ ਗੱਲ, ਪਿੱਟਣਾ ਸਾਰਿਆਂ ਨੇ। ਲਾ ਲੈ ਤੂੰ ਵੀ ਇੱਧਰ ਨੂੰ, ਲਾ ਦੇ ਘੁਮਾ ਦੇ ਗਿਆ ਨਾ ਨਾ ਕੀ ਉਹਨੇ ਸਰ ਦਿੱਤੀ ਸੀ ਯਾਰ, ਵੇਖੋ ਬਣਾ ਗਿਆ ਉਹ। ਨਹੀਂ ਨਹੀਂ ਗਿਆ ਨੀ, ਮਾਨ ਸਿੰਘ ਨੇ ਸੋਚਿਆ ਬੋ ਕਰ ਦਿੱਤਾ, ਉਹ ਚਮੇੜ ਕੇ ਵੀ ਲੈ ਆਇਆ ਜੀ। ਸਹੀ ਤੇ ਸੀਗਾ ਯਾਰ, ਸਹੀ ਤੇ ਸੀਗਾ, ਵਧੀਆ ਨਹੀਂ ਸੀ ਵੀਰੇ ਤੇਰਾ? ਹੋਰ ਕੋਈ ਗੱਲ ਨਹੀਂ, ਉਹਦਾ ਦੇਖਦਾ ਕਿੰਨਾ ਵਧੀਆ ਸੀਗਾ, ਫਿਰ ਵੀ ਕੋਈ ਗੱਲ ਨਹੀਂ। ਡੋਰ ਨਹੀਂ ਸਹੀ ਆ ਯਾਰ, ਗੱਟੂ ਨਹੀਂ ਸਹੀ ਆ। ਨਹੀਂ ਵੀਰੇ ਬੋ ਹੋ ਗਿਆ ਡੋਰ ਦਾ, ਨਹੀਂ 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 ਗੱਟੂ ਨਹੀਂ ਸਹੀ ਆ ਯਾਰ, ਆ ਬੋ ਹੋ ਰਿਹਾ ਮੇਰਾ। ਨਹੀਂ ਨਹੀਂ ਅੱਧਾ ਨਹੀਂ ਹੁੰਦਾ, ਇੱਕ ਵਾਰ ਸਰ ਦੇ ਕਰ ਦੇ। ਨਹੀਂ ਆ ਸਹੀ ਨਹੀਂ ਆ। ਹਾਂ ਦਿਖਾ ਦੇ ਦਿਖਾ ਦੇ, ਸਿਰਾ ਕਿੱਧਰ ਗਿਆ ਯਾਰ ਵੀਰੇ? ਹੁਣ ਆ ਵੀਰੇ ਦੱਸ ਤੂੰ ਕੌਣ ਤੈਨੂੰ ਬੋਲਦਾ ਯਾਰ? ਆ ਉਹੀ ਉਹਨੂੰ ਹੀ ਖਿੱਚ ਮਾਰਦੀ ਆ। ਸਿੱਲੇ ਜੇ ਹੋ ਗਏ ਭਾਰੇ ਜੇ, ਹੈਨਾ? ਉਹ ਕਿਤੋਂ ਵੀ ਘੁਮਾਈ ਜਾ ਰਿਹਾ ਵਾ। ਉਹਦੀ ਨਾ ਡੋਰ ਪੱਕਾ ਤਿੱਖੀ ਹੋਣੀ ਆ। ਤੰਗ ਸਹੀ ਵੀ ਹੈਗਾ ਤੇਰਾ? ਨਹੀਂ ਫਿਰ ਕਿੱਥੋਂ ਖਿੱਚ ਮਾਰ ਲੇਗਾ ਉਹਨੂੰ? ਗੁੱਸਾ ਚੜਾਤਾ ਯਾਰ ਉੱਤਾ ਯਾਰ ਬੰਦੇ ਨੇ। ਇਹਦੇ ਲਈ ਆਇਆ ਕਈ ਬੱਚੇ, ਕੋਈ ਦਮ ਹੀ ਨਹੀਂ ਹੁੰਦਾ, ਜਿੱਦਾਂ ਪੁੱਠੀ ਹੋਈ ਮਾਰਦੇ। ਮੈਂ ਵੀ ਕਹਿੰਦਾ ਵੀਰੇ ਪੁੱਠੀ ਹੋਈ ਮਾਰਦੇ ਥੱਲੇ ਨੂੰ। ਚੱਲ ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ। ਮਾਨ ਸਿੰਘ ਨੇ ਬਦਲਾ ਲੈ ਲਿਆ ਨਾ, ਹੈ ਨਾ ਜੀ? ਮੇਰਾ ਬੜਤਾ ਸੀ ਯਾਰ, ਪਰ ਇਹ ਨਾ ਵੀਡੀਓ ਨਹੀਂ ਬਣਾ ਪਾਇਆ, ਆਰਾਮ ਨਾਲ ਖਿੱਚ ਲਾ ਗਿਆ ਮੈਨੂੰ। ਹਲ ਹਲ ਆਹ ਪਲੇਨ ਜੀ ਆ ਡੋਰਾ ਵਾਲੀ। ਓਏ ਯਾਰ ਕਿੱਥੇ ਵੱਜ ਗਿਆ, ਟੁੱਟ ਗਿਆ?
इन्हू ला लीए कि शाम होने वाली नेरा पैन वाला वा तो बाकी देखो सवेर की लोहड़ी कहो जी होंगी। जेकर अज का ब्लॉग थोड़ा बहुत ही पसंद आया हो तो चैनल लाइक सबसक्राइब जरूर करके जायो। तो लास्ट गुड्डी उड़ाने मेरे आई लो ना बैटरी फोन घट रह गई है। पागल जी परियां यार इधर उधर की हो गया भी छोटिया मोटिया परियां किचा ला जांदियां देख ला। ओए होए यार गुंजल जड़ा पै जांदी है ना वो तो बड़ा गुस्सा चढ़ता यार। ओए कौन है क्या आ रहे हैं बोल यार मारना पैना एक बार यार बहुत डोर टोर रहे यार गुस्सा दबा दें यार एक बार इधर तो देख लो। कोई नहीं वो करके वो हो जाया ना उड़ावे चेक करो बढ़िया पेपर है पेपर आ देखो जो मर्जी कर लो फटूगा नहीं आ देखो एवं करके बेच बेचिया सीटा लैके आया मैं आयुष मैं क्या भाजी उडाने फाड़ने नहीं है बना आयुष आयुष उधर बना पुट्ठी खच मारोगे मारनी पैनी है सीधी वजनी नहीं ना फिर जब तक नीचे कर लेंदा वा तो बड़ी भारी है उन्होंने लगता बेस्ती कराते हुए मेरा तो मानसिक यार दोनों का वो करता कि छोटी जी परी ने वो परी नहीं परे आओ है 6 रुपए का 7 रुपए का लेके आया है वो वाला भारा होना यार। चलो हम बहाना तो कोई भी लभना ही है ना। चलो गाइस कल मिलते हैं बाकी तो हैप्पी लोहड़ी सारियां नूं बाकी कल भी कहांगे। हाँ देखो इधर आ रहे आए आयुष आपस आपसी आ नहीं नहीं ये तो आदर्श का पतंग वो पिछों उड़ रहा आज शुपर करे उत्थे आ गए कुटना दे लो तुहानू बो हो गया आयुष का आयुष नहीं यार आदर्श वो नहीं बो नहीं होया क्या हो गया वा